Please subscribe our channel for latest updates. ਮੁੱਲਾਪੁਰ 'ਚ ਹੋਏ ਸ਼ਨੀਵਾਰ ਰਾਤ ਨੂੰ ਗੈਂਗਰੇਪ ਮਾਮਲੇ 'ਚ ਪੁਲਿਸ ਨੂੰ ਵੱਡੀ ਸਫਲਤਾ ਹੱਥ 'ਚ ਲੱਗੀ ਹੈ। ਪੁਲਿਸ ਨੇ ਇੱਕ ਆਰੋਪੀ ਨੂੰ ਜਿਹੜਾ ਵਾ ਗ੍ਰਿਫਤਾਰ ਕਰ ਲਿੱਤਾ ਵਾ। ਦੱਸਿਆ ਜਾ ਰਿਹਾ ਕਿ ਸੰਘੋਵਾਲ ਜਿਹੜਾ ਪਿੰਡ ਦਾ ਰਹਿਣ ਵਾਲਾ ਆਰੋਪੀ ਹੈ। ਤਸਵੀਰ ਤੁਹਾਨੂੰ ਦਿਖਾਉਣਾ ਚਾਹੁੰਦਾ, ਪੁਲਿਸ ਨੇ ਸਕੈਚ ਜਾਰੀ ਕੀਤੇ ਸੀ, ਉਹ ਸਕੈਚ ਦੇ ਆਧਾਰ 'ਤੇ ਜਿਹੜੀ ਉਹ ਤਸਵੀਰ ਜਿਹੜੀ ਉਹਦੀ ਹੂਬਹੂ ਜਿਹੜੀ ਉਹਦੇ ਨਾਲ ਮਿਲ ਰਹੀ ਆ। ਪੁਲਿਸ ਨੂੰ ਜਿਹੜੀ ਆ ਕਾਮਯਾਬ ਮਿਲੀ ਆ, ਵੱਡੀ ਕਾਮਯਾਬੀ ਮਿਲੀ ਹੈ। ਤੁਹਾਨੂੰ ਇੱਕ ਵਾਰ ਫਿਰ ਦੱਸਦੀ ਹੈ, ਜਗਬਾਣੀ 'ਤੇ ਵੱਡੀ ਖਬਰ ਆ ਰਹੀ ਹੈ, ਪੁਲਿਸ ਨੂੰ ਵੱਡੀ ਕਾਮਯਾਬ ਮਿਲੀ ਹੈ। ਪੁਲਿਸ ਨੇ ਇੱਕ ਆਰੋਪੀ ਨੂੰ ਜਿਹੜਾ ਵਾ ਗ੍ਰਿਫਤਾਰ ਕਰ ਲਿੱਤਾ ਵਾ। ਸਕਰੀਨ 'ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਸਾਈਡ 'ਤੇ ਦੱਸਿਆ ਜਾ ਰਿਹਾ ਕਿ ਇਹੀ ਜਿਹੜਾ ਮੁੱਖ ਆਰੋਪੀ ਆ ਜਿਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਵਾ। ਪਰ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਹੇ, ਕਿਉਂਕਿ ਸੂਤਰਾਂ ਤੋਂ ਹਵਾਲੇ ਤੋਂ ਜਿਹੜੀ ਖਬਰ ਹੈ ਕਿ ਇਹੀ ਜਿਹੜਾ ਆਰੋਪੀ ਜਿਹੜਾ ਪੁਲਿਸ ਅੱਜ ਲੈ ਕੇ ਆਈ ਹੈ, ਇਹਨੂੰ ਜਿਹੜੀ ਸੰਘੋਵਾਲ ਜਿਹੜੇ ਪਿੰਡ ਤੋਂ ਚੱਕ ਕੇ ਲੈ ਕੇ ਆਈ ਹੈ, ਜਿਸ ਨੂੰ ਅੱਜ ਅਰੈਸਟ ਕਰ ਲਿੱਤਾ ਗਿਆ। ਇਸੇ ਆਧਾਰ 'ਤੇ ਪੁਲਿਸ ਨੇ ਹੋਰ ਜਿਹੜੀ ਜਗ੍ਹਾ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਛਾਪੇਮਾਰੀ ਜਿਹੜੀ ਹੈ ਤੇਜ਼ ਕਰ ਦਿੱਤੀ ਗਈ ਆ। ਸੰਘੋਵਾਲ ਦੇ ਨਾਲ ਲੱਗਦੇ ਪਿੰਡਾਂ ਵਿੱਚ ਜਿਹੜੀ ਛਾਪੇਮਾਰੀ ਜਿਹੜੀ ਆ ਕੱਲ੍ਹ ਰਾਤ ਤੋਂ ਜਿਹੜੀ ਜਾਰੀ ਸੀਗੀ। ਮੈਂ ਇਸ ਵਕਤ ਮੁੱਲਾਪੁਰ ਦਾਖਾ ਥਾਣੇ 'ਚ ਖੜਾ ਵਾਂ। ਇਸ ਥਾਣੇ ਜਿਹੜਾ ਆਰੋਪੀ ਨੂੰ ਜਿਹੜਾ ਵਾ ਲਿਆਂਦਾ ਗਿਆ ਵਾ ਪੁਲਿਸ ਵੱਲੋਂ। ਤੁਹਾਨੂੰ ਸਕਰੀਨ 'ਤੇ ਜਿਹੜੀ ਸਾਈਡ ਸਕਰੀਨ 'ਤੇ ਜਿਹੜੀ ਤਸਵੀਰਾਂ ਦਿਖਾ ਰਹੇ ਹਾਂ, ਖੱਬੀਆਂ ਤਸਵੀਰਾਂ ਦਿਖਾ ਰਹੇ ਹਾਂ, ਇਹ ਆਰੋਪੀ ਦੀ ਜਿਹੜਾ ਗੈਂਗਰੇਪ ਦੇ ਮਾਮਲੇ 'ਚ ਜਿਹੜਾ ਆਰੋਪੀ ਜਿਹੜਾ ਵਾ ਦੱਸਿਆ ਜਾ ਰਿਹਾ ਵਾ, ਇਹੀ ਜਿਹੜਾ ਵਾ ਆਰੋਪੀ ਆ, ਮੁੱਖ ਆਰੋਪੀ ਆ, ਜਿਸ ਨੇ ਇਸ ਕਾਨੂੰਨੀ ਹਰਕਤ ਨੂੰ ਅੰਜਾਮ ਦਿੱਤਾ ਵਾ। ਅੱਜ ਮੁੱਲਾਪੁਰ ਜਿਹੜੀ ਦਾਖਾ ਥਾਣੇ ਦੀ ਪੁਲਿਸ ਨੇ ਇਸ ਨੂੰ ਅਰੈਸਟ ਕਰ ਲਿੱਤਾ ਵਾ। ਕੱਲ੍ਹ ਸ਼ਾਮ ਨੂੰ ਹੀ ਦੱਸਿਆ ਜਾ ਰਿਹਾ ਸੀ ਅਰੈਸਟ ਹੋ ਗਿਆ ਸੀਗਾ, ਪਰ ਪੁਲਿਸ ਫਿਰ ਵੀ ਇਸ ਮਾਮਲੇ 'ਤੇ ਜਾਂਚ ਕਰ ਰਹੀ ਹੈ। ਸਕੈਚ ਜਿਹੜੇ ਜਾਰੀ ਕੀਤੇ ਗਏ ਸੀ ਉਹਨਾਂ 'ਚ ਇੱਕ ਸਕੈਚ ਜਿਹੜੀ ਤਸਵੀਰ ਆ ਜਿਹੜੀ ਉਸ ਆਰੋਪੀ ਨਾਲ ਜਿਹੜੀ ਆ ਮਿਲਦੀ ਦੱਸੀ ਜਾ ਰਹੀ ਆ। ਮੀਡੀਆ ਨੇ ਵੀ ਗੱਲਬਾਤ ਕਰਨੀ ਚਾਹੀਦੀ, ਪਰ ਪੁਲਿਸ ਵੱਲੋਂ ਉਸ ਨੂੰ ਜਿਹੜਾ ਵਾ ਅੰਦਰ ਲਿਜਾਇਆ ਗਿਆ ਵਾ, ਪੁੱਛਗਿੱਛ ਜਿਹੜੀ ਜਾਰੀ ਆ। ਜਲਦ ਹੀ ਪੁਲਿਸ ਇਸ ਮਾਮਲੇ 'ਤੇ ਵੱਡਾ ਖੁਲਾਸਾ ਕਰ ਸਕਦੀ ਆ। ਇਸ ਆਧਾਰ 'ਤੇ ਪੁਲਿਸ ਨੇ ਹੋਰ ਜਗ੍ਹਾ 'ਤੇ ਵੀ ਛਾਪੇਮਾਰੀ ਕੀਤੀ ਹੈ। ਇਸ ਨੂੰ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਨੂੰ ਲੜਕੀ ਅੱਗੇ ਵੀ ਜਿਹੜਾ ਦਿਖਾਇਆ ਗਿਆ ਕਿ ਜਦੋਂ ਗੈਂਗਰੇਪ ਹੋਇਆ ਸੀ ਕਿ ਇਹ ਆਰੋਪੀ ਹੈ, ਪਰ ਸੂਤਰਾਂ ਤੋਂ ਜਿਹੜੀ ਖਬਰ ਆ ਰਹੀ ਹੈ, ਸੂਤਰਾਂ ਤੋਂ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਲੜਕੀ ਨੇ ਵੀ ਇਸ ਦੀ ਜਿਹੜੀ ਹੈ ਪਹਿਚਾਣ ਕਰ ਲਿੱਤੀ ਗਈ ਹੈ। ਪਰ ਪੁਲਿਸ ਇਸ 'ਤੇ ਜਾਂਚ ਕਰ ਰਹੀ ਹੈ, ਪੂਰੇ ਜਿਹੜੀਆਂ ਮੋਬਾਈਲ ਲੋਕੇਸ਼ਨਾਂ ਜਿਹੜੀਆਂ ਚੈੱਕ ਕਰ ਰਹੀ ਆ। ਇਸ ਲੜਕੇ ਦਾ ਜਿਹੜਾ ਮੋਬਾਈਲ ਆ ਉਹ ਵੀ ਪੁਲਿਸ ਨੇ ਕਬਜ਼ੇ 'ਚ ਲੈ ਲਿੱਤਾ ਵਾ। ਇਹਦੇ ਨਾਲ ਜਿਹੜੇ ਹੋਰ ਆਰੋਪੀ ਸੀ, ਪੁਲਿਸ ਨੇ ਜਿਹੜੇ ਦੱਸਿਆ ਕਿ ਅੱਜ ਡੀ ਆਈ ਜੀ ਨੇ ਇੱਕ ਬਿਆਨ ਵੀ ਜਾਰੀ ਕੀਤਾ ਸੀ ਕਿ 16 ਦੇ ਕਰੀਬ ਜਿਹੜੇ ਆਰੋਪੀ ਜਿਹੜੇ ਰਾਊਂਡ ਅਪ ਕੀਤੇ ਨੇ, ਉਹਨਾਂ 'ਚੋਂ ਕੁਛ ਜਿਹੜੇ ਨੇ ਇਹਦੇ ਨਾਲ ਜਿਹੜੇ ਸਾਥੀ ਆ ਉਹ ਵੀ ਜਿਹੜੇ ਦੱਸੇ ਜਾ ਰਹੇ, ਕਿਉਂਕਿ ਮੋਬਾਈਲ ਦੀ ਲੋਕੇਸ਼ਨ 'ਤੇ ਹੀ ਜਿਹੜੀ ਪੁਲਿਸ ਨੇ ਜਿਹੜੀ ਛਾਪੇਮਾਰੀ ਸ਼ੁਰੂ ਕੀਤੀ ਸੀ। ਉਸ ਤੋਂ ਬਾਅਦ ਕੁਛ ਆਰੋਪੀਆਂ ਨੂੰ ਰਾਊਂਡ ਅਪ ਕੀਤਾ ਸੀ, ਅੱਜ ਇੱਕ ਆਰੋਪੀ ਨੂੰ ਅਰੈਸਟ ਕਰ ਲਿੱਤਾ। ਤੁਹਾਨੂੰ ਤਸਵੀਰਾਂ ਜਿਹੜੀ ਸਾਈਡ ਸਕਰੀਨ 'ਤੇ ਦਿਖਾ ਰਹੇ ਹਾਂ, ਇਹ ਦੱਸਿਆ ਜਾ ਰਿਹਾ ਕਿ ਇਹ ਮੁੱਖ ਆਰੋਪੀ ਇਹੀ ਆ, ਸੰਘੋਵਾਲ ਜਿਹੜਾ ਪਿੰਡ ਦਾ ਰਹਿਣ ਵਾਲਾ ਵਾ, ਜਿੱਥੇ ਗੈਂਗਰੇਪ ਹੋਇਆ ਉਸ ਨਾਲ ਜਿਹੜਾ ਪਿੰਡ ਦੱਸਿਆ ਜਾ ਰਿਹਾ ਵਾ। ਉਸ ਤੋਂ ਬਾਅਦ ਅੱਜ ਸਵੇਰ ਤੋਂ ਹੀ ਜਿਹੜੀ ਇੱਥੇ ਰਾਜਨੀਤੀ ਧਰਨੇ ਵੀ ਸ਼ੁਰੂ ਹੋ ਗਏ ਨੇ, ਸਰਕਾਰ ਦੇ ਖਿਲਾਫ ਆਰੋਪੀਆਂ ਨੂੰ ਫਾਂਸੀ ਦੇਣ ਦੀ ਮੰਗ ਵੀ ਕੀਤੀ ਗਈ ਆ। ਉਸ ਤੋਂ ਇਲਾਵਾ ਜਿਹੜੀ ਅੱਜ ਸਵੇਰ ਤੋਂ ਹੀ ਪੁਲਿਸ ਜਿਹੜੀ ਆ ਆਲਾ ਅਫਸਰ ਜਿਹੜੇ ਇੱਥੇ ਥਾਣੇ 'ਤੇ ਮੌਜੂਦ ਸੀ, ਅੱਜ ਸਵੇਰ ਤੋਂ ਜਿਹੜੀ ਜਾਂਚ ਕਰ ਰਹੇ ਸੀ, ਉਹਦੇ 'ਚ ਇੱਕ ਵੱਡੀ ਸਫਲਤਾ ਅੱਜ ਜਿਹੜੀ ਆ ਪੁਲਿਸ ਨੂੰ ਹਾਸਲ ਹੋ ਚੁੱਕੀ ਆ। ਪੁਲਿਸ ਇਸ 'ਤੇ ਜਲਦ ਹੀ ਵੱਡਾ ਖੁਲਾਸਾ ਕਰ ਸਕਦੀ ਆ।